ਅਸੀਂ IVV ਹਸਪੀਟਲ ਦੇ ਵਿੱਚ ਜਦੋਂ ਆਏ ਸੀ, ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਜਦੋਂ ਐਕਸੀਡੈਂਟ ਹੋਇਆ, ਐਕਸੀਡੈਂਟ ਦੇ ਵਿੱਚ ਤਿੰਨ ਪੇਸ਼ੈਂਟ ਸੀ ਜਿਨ੍ਹਾਂ ਦੇ ਸੱਟਾਂ ਚੋਟਾਂ ਲੱਗੀਆਂ ਹੋਈਆਂ ਸੀ, ਅਤੇ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਸੱਟਾਂ ਲੱਗੀਆਂ ਹੋਈਆਂ ਸੀ ਉਹ ਸਾਡੀ ਬੇਟੀ ਹਰਗੁਣ ਕੌਰ ਦੇ ਲੱਗੀਆਂ ਹੋਈਆਂ ਸੀ। 3 ਸਾਲ ਦੀ ਇਹਦੀ ਏਜ ਹੈ। ਅਤੇ ਜਦੋਂ ਹੋਸਪਿਟਲ ਦੇ ਵਿੱਚ ਆਏ, ਐਮਰਜੈਂਸੀ ਦੇ ਵਿੱਚ ਡਾਕਟਰਸ ਨੇ ਚੈੱਕ ਕੀਤਾ। ਉਸ ਤੋਂ ਬਾਅਦ ਜਦੋਂ ਰਿਪੋਰਟਸ ਵਗੈਰਾ ਸਾਰੀਆਂ ਦੇਖੀਆਂ, ਚੈੱਕ ਕਰਨ ਤੋਂ ਬਾਅਦ ਡਾਕਟਰ ਗਗਨ ਨੇ ਸਪੈਸੀਫਿਕਲੀ ਦੱਸਿਆ ਕਿ ਸਾਨੂੰ ਐਮਰਜੈਂਸੀ ਹੁਣੇ ਓਪਰੇਟ ਕਰਨਾ ਪਊਗਾ, ਅਤੇ ਜਿਹੜਾ ਓਪਰੇਸ਼ਨ ਹੈ ਅਰਾਊਂਡ 3.5 to 4 hours ਦੇ ਵਿੱਚ ਚੱਲੂਗਾ। ਅਤੇ ਈਵਨ ਓਪਰੇਸ਼ਨ ਕਰਨ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਜੋ ਵੀ ਪੋਸਟ ਓਪਰੇਸ਼ਨ ਐਂਡ ਡਿਊਰਿੰਗ ਓਪਰੇਸ਼ਨ ਜੋ ਵੀ ਤੁਹਾਨੂੰ ਫੈਸਿਲਿਟੀਜ਼ ਦੀ ਜ਼ਰੂਰਤ ਹੈ, ਉਹ ਫੈਸਿਲਿਟੀਜ਼ ਹੋਸਪਿਟਲ ਦੇ ਵਿੱਚ ਅਵੇਲੇਬਲ ਹੈ ਜਾਂ ਨਹੀਂ ਹੈ। ਕਿਉਂਕਿ ਆਫਟਰ ਡਿਊਰਿੰਗ ਟ੍ਰੀਟਮੈਂਟ ਜਾਂ ਆਫਟਰ ਟ੍ਰੀਟਮੈਂਟ ਜੇ ਸਾਨੂੰ ਕਿਸੇ ਦੂਸਰੇ ਹੋਸਪਿਟਲ ਜਾਣਾ ਪਵੇ, ਉਹ ਇੱਕ ਪ੍ਰੋਬਲਮ ਹੈ। ਲੇਕਿਨ ਡਾਕਟਰ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਸਭ ਫੈਸਿਲਿਟੀਜ਼ ਜੋ ਵੀ ਰਿਕੁਆਇਰਡ ਨੇ ਸਾਡੇ ਕੋਲ ਅਵੇਲੇਬਲ ਨੇ ਹੋਸਪਿਟਲ ਦੇ ਵਿੱਚ, ਅਤੇ ਇਸ ਚੀਜ਼ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ, ਸਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਪਊਗੀ। ਅਤੇ ਜਦੋਂ ਡਾਕਟਰ ਸਾਹਿਬ ਨੇ ਇੰਸ਼ੋਰੈਂਸ ਦਿੱਤੀ, ਅਸੀਂ ਉਹਨਾਂ ਨੂੰ ਗੋ ਹੈਡ ਦੇ ਤਾ ਓਪਰੇਸ਼ਨ ਕਰਨ ਦੇ ਲਈ। ਅਤੇ ਸਰਜਰੀ 4 ਘੰਟੇ ਅਪਰੋਕਸੀਮੇਟਲੀ ਚੱਲੀ ਹੈ ਬੇਟੀਆਂ ਦੀ, ਉਸੇ ਦਿਨ ਉਸੇ ਰਾਤ ਜਿਸ ਦਿਨ ਐਕਸੀਡੈਂਟ ਹੋਇਆ ਗੱਡੀ ਦਾ। ਅਤੇ ਹੁਣ ਬੇਟੀਆਂ ਬਿਲਕੁਲ ਸਟੇਬਲ ਹੈ, ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ।